ਸਤਿ ਸ਼੍ਰੀ ਅਕਾਲ ਬਾਈ ਜੀ, ਆਪਣੇ ਬਾਈ ਐਮੀ ਰੰਧਾਵਾ ਬਹੁਤ ਵਧੀਆ ਬੰਦਾ ਗਾਉਂਦਾ ਆ ਬਾਈ ਜੀ, ਸਾਰਿਆਂ ਨੇ ਐਪਰੀਸ਼ੀਏਟ ਕਰਨਾ ਅਤੇ ਇਹਨੂੰ ਸੁਣਨ ਤੋਂ ਬਾਅਦ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ, ਕਿਉਂਕਿ ਤੁਹਾਡੀ ਸਪੋਰਟ ਤੋਂ ਬਗੈਰ ਇਹ ਬੰਦਾ ਕੋਈ ਵੀ ਬੰਦਾ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਸਫਲ ਨਹੀਂ ਹੋ ਸਕਦਾ। ਅਤੇ ਹੋਪ ਕਰਦੇ ਤੁਸੀਂ ਸਾਰੇ ਐਪਰੀਸ਼ੀਏਟ ਕਰੋਗੇ ਅਤੇ ਸ਼ੇਅਰ ਕਰੋਗੇ। ਇੱਥੇ ਸਾਰੇ ਆਪਣਾ ਉਹ ਸਾਹਮਣੇ ਦੀਪੀ ਬਾਈ ਅਤੇ ਇੱਧਰ ਜੀਵਨ ਬਾਈ, ਇੱਧਰ ਦੀਪਾ ਬਾਈ ਅਤੇ ਇੱਧਰ ਅਮਿਤ ਬਾਈ ਹਰਿਆਣੇ ਤੋਂ। ਇਹ ਬੰਦਾ ਸਾਡਾ ਬਹੁਤ ਹੀ ਖਾਸ ਬੰਦਾ ਯਾਰ ਆ। ਅਤੇ ਆਪਾਂ ਬਾਈ ਜੀ ਗਗਨਾ ਅਤੇ ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗਾਉਣ ਲੱਗਾ ਜੀ ਗਾਣਾ, ਕਿਸੇ ਹੋਰ ਗਾਣੇ ਦੇ ਵਿੱਚੋਂ ਪੈਰਾ ਸੀ ਜਿਹੜਾ ਕਿ ਮੈਂ ਬੜੇ ਹੋ ਕੇ ਸੁਣਾਉਂਗਾ। ਜੇ ਤੁਹਾਨੂੰ ਆਵਾਜ਼ ਵਧੀਆ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ ਜੀ। ਉਹ ਕਹਿੰਦਾ ਕਾਬਲ ਬਥੇਰਾ ਨੀ ਤੂੰ ਗੱਲ ਬਿੱਲੋ ਮਨ ਬਣ ਨੂੰ, ਤੂੰ ਰੰਧਾਵਿਆਂ ਦੀ ਨਾਲ ਮੇਰੇ ਚੱਲ। ਉਹ ਖਾੜਾ ਸਿੱਧੂ ਬਾਈ ਦਾ ਦਵਾਂਗੇ ਲਵਾ, ਸੈਰ ਯੂਕੇ ਦੀ ਵੀ ਦਊਂ ਮੈਂ ਕਰਾ, ਨੀ ਜੱਟ ਦੀ ਜ਼ਮੀਨ ਰੋਡ ਤੇ ਨੀ ਤੈਨੂੰ ਤਾਜ ਮਹਿਲ ਦਊਂ ਮੈਂ ਬਣਾ, ਕਹਿ ਦੇ ਇੱਕ ਵਾਰੀ ਮਿੱਤਰਾਂ ਨੂੰ ਹਾਂ, ਨੀ ਜੱਟ ਦੀ ਜ਼ਮੀਨ ਰੋਡ ਤੇ। ਹੁਣ ਬਾਈ ਜੀ ਜਿੱਦਾਂ ਮਾਹੌਲ ਤੁਹਾਨੂੰ ਪਤਾ ਯਾਰਾਂ ਦੋਸਤਾਂ ਦਾ ਬਣਿਆ, ਇਸ ਕਰਕੇ ਮੈਂ ਸ਼ੈਰੀਮਾਨ ਦਾ ਗਾਣਾ ਵੀ ਸੁਣਾਉਣਾ ਚਾਹੁੰਗਾ। ਉਹ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ, ਉਹ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ, ਸੀ ਮੋਜਾਂ ਕਰਦੇ ਕਾਲਜੀ ਪੜਦੇ ਸੀ ਨਾਲ ਟਿਕਾਈ, ਉਹ ਉਮਰ ਜਵਾਨੀ ਉਦੋਂ ਦੁਨੀਆਂ ਵੱਖਰੀ ਸੀ, ਨੀ ਲੜੇ ਲੜਾਈਆਂ ਨਾ ਹੁਣ ਪੜਾਈਆਂ, ਸਾਰਾ ਦਿਨ ਘਰ ਨੀ ਕਿਸੇ ਦਾ ਡਰ ਨੀ ਗੁਲਾਬਾਂ ਵਰਗੀ, ਉਦੋਂ ਜ਼ਿੰਦਗਾਨੀ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ। ਉਹ ਕਾਲਜ ਕੁੜੀਆਂ ਦਾ ਵਜੇ ਸਾਢੇ ਬਾਰਾਂ ਤੇ ਜਾਣਾ, ਯਾਰਾਂ ਨੀ ਸ਼ੀਸ਼ੇ ਖੋਲੇ ਤੇ ਖੜੇ ਪਟੋਲੇ ਲਾ ਕੇ ਵਿੱਚ ਗਾਣੇ ਚਲਾਉਂਦੇ ਗੱਡੀਆਂ, ਇੱਕ ਸਵਰੀ ਹੁੰਦਾ ਸੀ ਜੀ ਬੜਾ ਸ਼ਿਕਾਰੀ, ਤੇ ਦੇਖ ਕਵਾਰੀ ਲਗਾਏ ਟਰਾਈਆਂ ਜੀ ਬਹੁਤ ਫਸਾਈਆਂ, ਚੰਡੀਗੜ੍ਹ ਜਾ ਕੇ ਕਮਾਉਂਦਾ ਨੱਡੀਆਂ। ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ। ਉਹ ਬੜਾ ਬੁਲਟ ਪਿਆਰਾ ਸੀ, ਉਹ ਬੜਾ ਬੁਲਟ ਪਿਆਰਾ ਸੀ, ਆਪਣਾ ਨਾਉਂਦੇ ਬੁਲਟ ਚਮਕਾਉਂਦੇ ਤੇ ਹੌਲੀ ਚਲਾਉਂਦੇ, ਗੇੜੀਆਂ ਲਾਉਂਦੇ ਬੁਲਟ ਦੇ ਉੱਤੇ ਕੁੜੀ ਵੀ ਮਰਦੀ। ਜਦੋਂ ਕਮਰਾ ਗਿਲਦਾ ਸੀ ਆਂਟੀ ਸੀ ਪਿੰਡ ਦੀ, ਉਹ ਮੈਂ ਬਿਲ ਨਿੱਤ ਦੀ ਯਾਰ ਆਏ ਰਹਿੰਦੇ ਇਕੱਠੇ, ਜਦ ਬਹਿੰਦੇ ਉਹ ਦਿਲਾਂ ਖੁੱਲੀਆਂ ਗਰਾਰੀ ਅੜਦੀ। ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ। ਥੈਂਕ ਯੂ ਬਾਈ ਜੀ। ਇਹ ਬਾਈ ਬਾਈ ਜੀ ਜੇ ਤੁਹਾਨੂੰ ਵਧੀਆ ਲੱਗਾ ਤਾਂ ਮਸਟ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ ਬਾਈ ਜੀ ਸਾਰਿਆਂ ਦਾ।